ਪੰਜਾਬ ਦੇ ਵਿੱਚ ਚੋਰੀਆਂ ਲੁੱਟਾਂ ਹੋਣੀਆਂ ਆਮ ਜਹੀ ਗੱਲ ਹੋ ਗਈ। ਤਸਵੀਰਾਂ ਗੁਰਦਾਸਪੁਰ ਦੇ ਕਾਦੀਆਂ ਦੀ ਇੱਕ ਮੋਬਾਈਲ ਦੁਕਾਨ ਦੀਆਂ ਨੇ, ਜਿੱਥੇ ਤਿੰਨ ਚੋਰਾਂ ਵੱਲੋਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਿੰਨ ਚੋਰ ਆਲਾ ਦੁਆਲਾ ਦੇਖਦੇ ਨੇ ਤੇ ਦੁਕਾਨ ਦਾ ਸ਼ਟਰ ਖੋਲਣ ਲੱਗ ਜਾਂਦੇ ਨੇ। ਕਾਫੀ ਜੱਦੋ ਜਹਿਦ ਤੋਂ ਬਾਅਦ ਇਹ ਚੋਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਤਿੰਨੇ ਹੀ ਦੁਕਾਨ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਲੱਖਾਂ ਦੇ ਮੋਬਾਈਲ ਚੁੱਕਦੇ ਨੇ ਤੇ ਮੌਕਾ ਦੇਖ ਕੇ ਭੱਜਣ ਦੇ ਵਿੱਚ ਸਫਲ ਹੋ ਜਾਂਦੇ ਨੇ। ਦੁਕਾਨ ਦਾ ਸ਼ਟਰ ਤੋੜਦੇ ਅਤੇ ਅੰਦਰ ਵੜਦਿਆਂ ਦੀਆਂ ਤਸਵੀਰਾਂ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ।